ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਲੁਧਿਆਣਾ ਸਥਿਤ ਲਾਡੋਵਾਲ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਧਰਨੇ ਨੂੰ ਅਕਾਲੀ ਦਲ ਨੇ ਵੋਟਾਂ ਦੀ ਸਿਆਸਤ ਕਰਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਮਹੇਸ਼ਿੰਦਰ ਸਿੰਘ ਗਰੇਵਾਲ ਮੁਤਾਬਕ ਬਿੱਟੂ ਅਤੇ ਹੋਰ ਨੇਤਾ ਆਪਣੀ ਨਾਕਾਮਯਾਬੀਆਂ ਨੂੰ ਛੁਪਾਉਣ ਲਈ ਇਹ ਧਰਨਾ ਦੇ ਰਹੇ ਨੇ। ਹਾਲਾਂਕਿ ਉਹਨਾਂ ਨੇ 6 ਲੇਨ ਪ੍ਰੋਜੈਕਟ ਪੂਰਾ ਹੋਏ ਬਗੈਰ ਟੋਲ ਟੈਕਸ ਵਸੂਲੇ ਜਾਣ ਦਾ ਵਿਰੋਧ ਵੀ ਕੀਤਾ ਹੈ। ਇਹ ਹੁਣ ਵਿਹਲੇ ਹੋਏ ਜਦ ਹਾਰ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ, ਜੇ ਸਰਕਾਰਾਂ ਫੇਲ ਹੋ ਜਾਣ, ਸਰਕਾਰਾਂ ਕਦੇ ਸੜਕਾਂ 'ਤੇ ਨਹੀਂ ਬੈਠਦੇ ਦੇਖੇ, ਆਪੋਜੀਸ਼ਨ ਬੈਠੀ ਦੇਖੀ ਹੈ, ਇਹ ਜਿਹੜੀ ਸਰਕਾਰ ਬੈਠੀ ਆ ਨਾ, ਇਹਨਾਂ ਦੀ ਹਾਰ ਦੀ ਨਿਸ਼ਾਨੀ ਹੈ, ਕਿਉਂਕਿ ਇਹ ਕੁਛ ਨਹੀਂ ਕਰ ਸਕੇ ਪਿਛਲੇ 5 ਸਾਲਾਂ 'ਚ, ਉਹਨੂੰ ਕਵਰ ਅਪ ਆਪਰੇਸ਼ਨ ਦੇ ਰਿਹਾ ਜਿਹੜਾ ਕਾਮਯਾਬ ਨਹੀਂ ਹੋਣਾ। ਟਾਈਮਿੰਗ ਨੂੰ ਲੈ ਕੇ ਸਵਾਲ ਨਹੀਂ ਖੜੇ ਹੁੰਦੇ? ਨਹੀਂ ਨਹੀਂ, ਟਾਈਮਿੰਗ ਨਹੀਂ ਜੀ, ਹੈ ਹੀ ਕੁਛ ਨਹੀਂ। ਮੇਰੀ ਗੱਲ ਸੁਣੋ ਭਾਈ ਸਾਹਿਬ, ਹੈ ਹੀ ਕੁਛ ਨਹੀਂ। ਮੈਨੂੰ ਇੱਕ ਗੱਲ ਦੱਸਣ ਕਿ ਬਤੌਰ ਮੈਂਬਰ ਪਾਰਲੀਮੈਂਟ ਇਹ ਔਨ ਰਿਕਾਰਡ ਲੋਕਾਂ ਨੂੰ ਪੇਸ਼ ਕਰਨ ਕਿ ਇਹਨਾਂ ਨੇ 5 ਸਾਲ ਵਿੱਚ ਹੁਣਦਿਆਂ 'ਚ ਅਤੇ 5 ਸਾਲ ਪਿਛਲਿਆਂ 'ਚ ਨੈਸ਼ਨਲ ਹਾਈਵੇ ਨੂੰ ਕੰਪਲੀਟ ਕਰਾਉਣ ਲਈ ਐਜ਼ ਏ ਮੈਂਬਰ ਪਾਰਲੀਮੈਂਟ ਕੀ ਰੋਲ ਅਦਾ ਕੀਤਾ, ਕਿਹੜੇ ਪੰਜਾਬ ਦੇ ਮਸਲੇ ਉਠਾਏ। ਅਤੇ ਜੇ ਇਹਨਾਂ ਦੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਜਿੰਨਾ ਚਿਰ ਸੜਕ ਨਾ ਕੰਪਲੀਟ ਹੋਵੇ ਉਨਾ ਚਿਰ ਟੋਲ ਨਹੀਂ ਲੱਗਣਾ ਚਾਹੀਦਾ, ਪਰ ਮੈਂ ਕਹਿੰਦਾ ਨਾਲ ਦੇ ਨਾਲ ਉਹ ਕਾਨੂੰਨ ਇਸ ਗੱਲ 'ਤੇ ਵੀ ਲੱਗਣਾ ਚਾਹੀਦਾ ਹੈ ਕਿ ਕਾਰਪੋਰੇਸ਼ਨ ਵਿੱਚ ਨਾ ਸੀਵਰੇਜ ਚੱਲਦਾ, ਨਾ ਸੜਕਾਂ ਨਾਲੇ ਸੜਕਾਂ ਟੁੱਟੀਆਂ ਨੇ, ਸਟਰੀਟ ਲਾਈਟ ਬੰਦ ਨੇ, ਗਾਰਬੇਜ ਦੇ ਢੇਰ ਲੱਗੇ ਪਏ ਨੇ। ਇਹ ਬਿੱਟੂ ਜੀ ਇੱਕ ਹੋਰ ਖੇਚਲ ਵੀ ਕਰਨ ਆਸ਼ੂ ਨੂੰ ਨਾਲ ਲੈ ਕੇ ਨਾ, ਬਜਾਏ ਅਫਸਰਾਂ ਨੂੰ ਡਰਾਉਣ ਦੇ, ਗਾਲਾਂ ਕੱਢਣ ਦੇ, ਇਹ ਕਾਰਪੋਰੇਸ਼ਨ ਦੇ ਮੇਅਰ ਨੂੰ ਵੀ ਕਹਿ ਦੇਣ ਕਿ ਕਾਰਪੋਰੇਸ਼ਨ ਵੀ ਉਹਨਾਂ ਦੇਰ ਕੋਈ ਟੈਕਸ ਦੀ ਵਸੂਲੀ ਨਾ ਕਰੇ ਜਿੰਨਾ ਚਿਰ ਇਹ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਨਹੀਂ ਦਿੰਦੀ। ਗੌਰਤਲਬ ਹੈ ਕਿ ਅਕਾਲੀ ਨੇਤਾ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਵੱਲੋਂ ਸੋਮਵਾਰ ਨੂੰ ਲੁਧਿਆਣਾ ਦੇ ਗਿੱਲ ਰੋਡ ਸਥਿਤ ਦਾਣਾ ਮੰਡੀ 'ਚ ਆਯੋਜਿਤ ਕੀਤੀ ਜਾਣ ਵਾਲੀ ਰੈਲੀ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਸੀ, ਜਿਨ੍ਹਾਂ ਨੇ ਰੈਲੀ ਦੀ ਸਫਲਤਾ ਨੂੰ ਲੈ ਕੇ ਦਾਅਵੇ ਵੀ ਕੀਤੇ। ਰੈਲੀ ਦੀਆਂ ਅੱਜ ਤਿਆਰੀਆਂ ਚੱਲ ਰਹੀਆਂ, ਜਿਹੜੇ ਸਾਡੇ ਸਟਾਰ ਪ੍ਰਚਾਰਕ ਬਿਕਰਮ ਸਿੰਘ ਮਜੀਠੀਆ ਸਾਹਿਬ ਜਿਹੜੇ ਯੂਥ ਦੀ ਸ਼ਾਨ ਹੈ, ਉਹਨਾਂ ਨੇ ਆਉਣਾ ਅਤੇ ਸਾਰੇ ਯੂਥ ਦੇ ਵਿੱਚ ਚਾਅ ਚੜਿਆ ਹੋਇਆ ਅਤੇ ਅੱਜ ਸਿਰਫ ਤਿਆਰੀਆਂ ਦਾ ਜਾਇਜ਼ਾ ਲਿੱਤਾ ਗਿਆ, ਜਿਸ 'ਚ ਰਾਜੂ ਖੰਨਾ ਜੀ ਅਤੇ ਹੋਰ ਸਾਰੇ ਸਮੁੱਚੇ ਸਾਡੇ ਯੂਥ ਪ੍ਰਧਾਨ ਅਤੇ ਕੋਰ ਕਮੇਟੀ ਦੇ ਮੈਂਬਰ ਆਏ ਆ ਅਤੇ ਅਸੀਂ ਜਾਇਜ਼ਾ ਲਾ ਰਹੇ। ਅਤੇ ਮੈਂ ਸਮਝਦਾ ਕਿ ਜਿਹੜੀ ਕਾਂਗਰਸ ਨੇ 2 ਸਾਲ ਦੀ ਧੱਕੇਸ਼ਾਹੀ ਕੀਤੀ ਹੋਈ ਹੈ, ਪੰਜਾਬ ਦੇ ਅੰਦਰ ਹਨੇਰਗਰਦੀ ਕੀਤੀ ਹੈ ਅਤੇ ਉਹਨੇ ਜਿਹੜੇ ਪੋਤਰੇ ਖੋਲ੍ਹਣੇ ਆ ਬਿਕਰਮ ਸਿੰਘ ਮਜੀਠੀਆ ਨੇ, ਅਤੇ ਸਾਰਿਆਂ ਦੇ ਵਿੱਚ ਚਾਹ ਜਿਹੜਾ ਯੂਥ ਇੱਧਰ ਉੱਧਰ ਜਾ ਰਹੇ ਸੀ ਅਤੇ ਅੱਜ ਸਾਰਿਆਂ ਦੇ ਯੂਥ ਦੇ ਵਿੱਚ ਇੱਕੋ ਇੱਕ ਮਨ 'ਚ ਯੂਥ ਅਕਾਲੀ ਦਲ ਚੱਲ ਰਿਹਾ, ਅਤੇ ਮੈਂ ਸਮਝਿਆ ਜਿਹੜੇ ਸਾਡਾ ਲੋਗੋ ਅਗਾਂਹ ਕੋ ਤਰਾਂਗ ਅੱਗੇ ਵਧਣ ਦੀ ਗੱਲ ਕੀਤੀ ਗਈ ਹੈ ਅਤੇ ਅੱਗੇ ਵਧਾਂਗੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।